ਇਹਦੇ 'ਚ ਅੱਜ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ ਇਹ ਮੈਕਆਟੋ ਨੂੰ ਇਹਦੇ ਬਾਰੇ ਇੱਕ ਪ੍ਰਮੋਟ ਕਰਨ ਲਈ ਕਰ ਰਹੇ ਹਾਂ। ਇਹ ਮੈਕਆਟੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਗਾਈ ਜਾ ਰਹੀ ਹੈ ਔਰ ਬੜੀ ਧੂਮਧਾਮ ਨਾਲ ਲਗਾਈ ਜਾ ਰਹੀ ਹੈ। ਇਹਦੇ 'ਚ ਇਸ ਵਾਰ 650 ਕੰਪਨੀਆਂ ਪਾਰਟੀਸਪੇਟ ਕਰਨਗੀਆਂ। ਇਹਦੇ 'ਚ ਜਪਾਨ ਤੋਂ ਜਰਮਨੀ ਤੋਂ ਔਰ ਸਾਰੇ ਡਿਵੈਲਪਡ ਕੰਟਰੀਜ਼ ਤੋਂ ਕਾਫੀ ਕੰਪਨੀਜ਼ ਰਿਪ੍ਰਜੈਂਟ ਕਰ ਰਹੀਆਂ। ਇਸ ਤੋਂ ਇਲਾਵਾ ਜਿਹੜੀ ਲੁਧਿਆਣੇ ਦੀ ਇੰਡਸਟਰੀ ਹੈ 200 ਦੇ ਕਰੀਬ ਮਸ਼ੀਨ ਮੇਕਰ ਆਪਣੀ ਸਟਰੈਂਥ ਦਿਖਾ ਰਹੇ ਹੈ ਮਸ਼ੀਨ ਟੂਲ ਡਿਸਪਲੇ ਕਰਕੇ, ਔਰ ਇਹਦੇ ਨਾਲ ਪੂਰੇ ਹਿੰਦੁਸਤਾਨ ਤੋਂ ਵਿਜ਼ਿਟਰ ਆ ਰਹੇ ਹੈ, ਆਲਰੇਡੀ ਕਨਫਰਮੇਸ਼ਨ ਹੈਗੀ। ਔਰ ਜਿਹੜੇ ਮੇਜਰ ਬਾਇੰਗ ਹਾਊਸਿਸ ਹੈ ਉਹਨਾਂ ਦੇ ਪਰਚੇਜ਼ ਆਫਿਸਰ ਆ ਰਹੇ ਹੈ। ਸੋ ਇਹਦੇ ਨਾਲ ਮਲਟੀਫੋਲਡ ਬੈਨੀਫਿਟ ਹੋਏਗਾ, ਇੱਕ ਤਾਂ ਜਿੱਥੇ ਸਾਨੂੰ ਆਪਣੀ ਟੈਕਨੋਲੋਜੀ ਲੁਧਿਆਣੇ ਦੀ ਦਿਖਾਉਣ ਦਾ ਮੌਕਾ ਮਿਲੇਗਾ, ਔਰ ਜਿਹੜੀਆਂ ਬਾਹਰ ਦੀਆਂ ਨਵੀਆਂ ਤਕਨੀਕਸ ਹੈ ਉਹ ਦੇਖਣ ਦਾ ਮੌਕਾ ਮਿਲੇਗਾ, ਔਰ ਇਹਦੇ 'ਚ ਆਪਣੀ ਘੱਟ ਲਾਗਤ ਅਤੇ ਵਧੀਆ ਮਾਲ ਕਿਵੇਂ ਬਣਾਉਣਾ ਇਹ ਅਸੀਂ ਮਸ਼ੀਨ ਟੂਲ ਇੰਡਸਟਰੀ ਤੋਂ ਇਹਦਾ ਬੈਨੀਫਿਟ ਉਠਾ ਸਕਦੇ। ਸਰਕਾਰ ਦਾ ਹਮੇਸ਼ਾ ਸਹਿਯੋਗ ਰਹਿੰਦਾ, ਔਰ ਜੋ ਵੀ ਅਸੀਂ ਸਰਕਾਰ ਨੂੰ ਇਹਦੇ 'ਚ ਸਭ ਤੋਂ ਇੰਪੋਰਟੈਂਟ ਹੈ ਵੀ ਜਿਹੜਾ ਇਨਵੈਸਟ ਪੰਜਾਬ ਹੈ ਇਹ 'ਚ ਆਪਣਾ ਸਟਾਲ ਲਾ ਰਿਹਾ, ਔਰ ਉਹਨਾਂ ਨੇ ਸਾਨੂੰ ਸਪੋਰਟ ਵੀ ਕੀਤਾ ਅੰਬੈਸੀਜ਼ ਨੂੰ ਕੰਟੈਕਟ ਕਰਨ ਲਈ, ਔਰ ਸਰਕਾਰ ਦਾ ਹਮੇਸ਼ਾ ਸਹਿਯੋਗ ਰਹਿੰਦਾ। ਪਰ ਹੋਰ ਵੀ ਇਸ ਤੋਂ ਕਈ ਮਲਟੀਫੋਲਡ ਸਹਿਯੋਗ ਅਸੀਂ ਐਕਸਪੈਕਟ ਕਰਦੇ ਹਾਂ, ਔਰ ਹਾਂ ਵਿਦੇਸ਼ਾਂ ਤੋਂ ਜਿੱਦਾਂ ਮੈਂ ਦੱਸਿਆ ਕਿ ਤਨਜ਼ਾਨੀਆ ਤੋਂ ਡੈਲੀਗੇਸ਼ਨ ਆ ਰਿਹਾ ਔਰ ਵੀਅਤਨਾਮ ਤੋਂ ਵੀ ਇੱਕ ਡੈਲੀਗੇਸ਼ਨ ਐਕਸਪੈਕਟਡ। ਇਸ ਵੱਲ ਇੱਕ ਤਾਂ ਇਹ ਐਗਜੀਬਿਸ਼ਨ ਵੱਡੇ ਲੈਵਲ 'ਤੇ ਹੈ, ਪਹਿਲਾਂ ਤੋਂ 25 ਗੁਣਾ ਮਤਲਬ 25% ਬਿਗਰ ਸਪੇਸ ਹੈ, ਔਰ ਜਿਹੜੇ ਐਗਜੀਬਿਟਰ ਆ ਰਹੇ ਹੈ ਇਹਦੇ 'ਚ ਪੂਰੀ ਦੁਨੀਆ ਤੋਂ ਐਗਜੀਬਿਟਰ ਆ ਰਹੇ, ਔਰ ਮੈਨੂੰ ਇਹ ਦੱਸ ਕੇ ਖੁਸ਼ੀ ਹੋਏਗੀ ਇਹ ਐਗਜੀਬਿਸ਼ਨ ਇੱਕ ਇੰਟਰਨੈਸ਼ਨਲ ਲੈਵਲ ਦੀ ਐਗਜੀਬਿਸ਼ਨ ਬਣ ਗਈ ਹੈ। ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਸਟੇਟ ਲੈਵਲ ਦੀ ਸੀ, ਫਿਰ ਨੈਸ਼ਨਲ ਹੋਈ, ਹੁਣ ਇੰਟਰਨੈਸ਼ਨਲ ਲੈਵਲ ਦੀ ਐਗਜੀਬਿਸ਼ਨ ਹੈ, ਔਰ ਇਹਦੇ 'ਚ 50 ਦੇ ਕਰੀਬ ਇੱਦਾਂ ਦੀਆਂ ਕੰਪਨੀਆਂ ਜਿਹੜੀਆਂ ਫੋਰਨ ਤੋਂ ਆ ਕੇ ਐਗਜੀਬਿਟ ਕਰ ਰਹੀਆਂ, ਉਹਦੇ 'ਚ ਖਾਸ ਤੌਰ 'ਤੇ ਜਪਾਨ ਤੋਂ, ਜਰਮਨੀ ਤੋਂ, US ਤੋਂ ਜਿਹੜੇ ਵੀ ਐਡਵਾਂਸ ਇੰਜੀਨੀਅਰਿੰਗ ਦੀਆਂ ਮਸ਼ੀਨਾਂ ਉਹ ਇੱਥੇ ਡਿਸਪਲੇ ਕਰ ਰਹੇ। ਇੰਡਸਟਰੀ ਨੂੰ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ, ਇਹਦੇ 'ਚ ਇੰਡਸਟਰੀ ਨੂੰ ਇਹਦਾ ਬੜਾ ਬੈਨੀਫਿਟ ਹੋਏਗਾ ਕਿਉਂਕਿ ਅਸੀਂ ਹੁਣ ਇੱਕ ਕ੍ਰੋਸ ਰੋਡ 'ਤੇ ਖੜ੍ਹੇ ਹਾਂ, ਕੰਪੀਟੀਸ਼ਨ ਬਹੁਤ ਹੈ ਔਰ ਅੱਗੇ ਗਰੋਥ ਵੀ ਬਹੁਤ ਹੈ। ਜਿੱਦਾਂ ਕਿ ਮਾਨਯੋਗ ਸਾਡੇ ਮੰਤਰੀ ਸਾਹਿਬ ਨੇ ਪਿੱਛੇ ਕਿਹਾ ਸੀ ਵੀ 10 ਸਾਲ ਹਿੰਦੁਸਤਾਨ ਦੇ, ਸੋ ਮੈਨੂਫੈਕਚਰਿੰਗ ਸੈਕਟਰ 'ਚ ਬੜੇ ਸਕੋਪ ਹੈ ਔਰ ਬੜੇ ਚੈਲੇਂਜਸ ਵੀ, ਔਰ ਇਹ ਚੈਲੇਂਜ ਨੂੰ ਮੀਟ ਤਾਂ ਹੀ ਹੋ ਸਕਦਾ ਵੀ ਜੇ ਸਾਡੀ ਮੈਨੂਫੈਕਚਰਿੰਗ ਵਧੀਆ ਹੋਏਗੀ, ਚੰਗੀ ਕੁਆਲਿਟੀ ਹੋਏਗੀ, ਟਾਈਮ ਨਾਲ ਅਸੀਂ ਡਿਲੀਵਰੀ ਦੇਵਾਂਗੇ, ਕੋਸਟ ਘੱਟ ਹੋਏਗੀ। ਨਹੀਂ ਨਹੀਂ ਦੇਖੋ, ਦੇਖੋ ਯੂਰਪ ਦੇ ਡੈਲੀਗੇਸ਼ਨ ਇਸ ਵਾਰ ਅਸੀਂ ਇੱਕ ਤਾਂ ਏਸ਼ੀਅਨ ਕੰਟਰੀਜ਼ ਵਾਲੇ ਬੁਲਾਏ, ਇਸ ਵਾਰ ਵੀਅਤਨਾਮ ਦੀ ਡੈਲੀਗੇਸ਼ਨ ਆ ਰਹੀ, ਉਹਨਾਂ ਦੇ ਅੰਬੈਸਡਰ ਵੀ ਆ ਰਹੇ ਹੈ, ਇਰਾਨ ਦੇ ਅੰਬੈਸਡਰ ਆ ਰਹੇ ਹੈ, ਕਜ਼ਾਕਿਸਤਾਨ ਦੇ ਆ ਰਹੇ ਹੈ, ਇਹ ਏਸ਼ੀਅਨ ਕੰਟਰੀਜ਼ ਹੈ। ਅਸੀਂ ਇਹ ਦੇਖੀਦਾ ਵੀ ਸਾਡਾ ਬਿਜ਼ਨਸ ਕਿਹਦੇ ਨਾਲ ਹੋ ਸਕਦਾ, ਯੂਰਪ ਵਾਲੇ ਸਿਰਫ ਅਸੀਂ ਅੰਗਰੇਜ਼ ਦੇਖ ਕੇ ਖੁਸ਼ ਨਹੀਂ ਹੋ ਸਕਦਾ ਕਿਉਂਕਿ ਯੂਰਪ ਵਾਲੇ ਜਿਹੜੀ ਇੰਡੀਆ ਦੀ ਬਣੀ ਮਸ਼ੀਨਰੀ ਹੈ ਉਹ ਬਾਏ ਨਹੀਂ ਕਰਦੇ, ਸਾਡੇ ਜਿਹੜੇ ਮਸ਼ੀਨ ਟੂਲ ਦੇ ਬਾਇਰ ਖਾਸ ਤੌਰ 'ਤੇ ਹੈ ਜਾਂ ਸਾਈਕਲ ਪਾਰਟਸ ਦੇ ਬਾਇਰ ਹੈ ਉਹ ਇਹਨਾਂ ਡਿਵੈਲਪਡ ਕੰਟਰੀਜ਼ ਤੋਂ। ਪੰਜਾਬ ਦੇ CM ਸਾਹਿਬ ਨੂੰ ਮੈਂ ਮਿਲਿਆ ਸੀ ਸੈਟਰਡੇ ਨੂੰ, ਉਹਨਾਂ ਨੇ ਵਰਬਲੀ ਕਨਫਰਮ ਕਰਤਾ ਵੀ ਮੈਂ 4 ਦਿਨਾਂ 'ਚ 1 ਦਿਨ ਜ਼ਰੂਰ ਆਵਾਂ। ਸਰ ਇਹਦਾ ਮਤਲਬ ਤੁਸੀਂ ਇਹ ਐਕਸੈਪਟ ਕਰ ਰਹੇ ਹੋ ਕਿ ਅਸੀਂ ਸਿਰਫ ਜਿਹੜੇ ਆ ਸਾਊਥ ਅਫਰੀਕਾ ਵਰਗੇ ਕੰਟਰੀਜ਼ ਨਾਲ ਹੀ ਬਿਜ਼ਨਸ ਕਰ ਸਕਦੇ ਹਾਂ ਯੂਰਪ? ਨਹੀਂ, ਮੈਂ ਯਾਰ ਕੋਈ ਨਹੀਂ, ਮੈਂ ਅਕਸੈਪਟ ਨਹੀਂ ਕਰ ਰਿਹਾ, ਤੁਸੀਂ ਆਪ ਹੀ ਕਿਹਾ, ਮੈਂ ਇਹ ਕਹਿ ਰਿਹਾ, ਇਹਦੇ 'ਚ ਇਹ ਦੱਸ ਰਿਹਾ ਬਈ ਇਹ ਲੋ ਹੈਂਗਿੰਗ ਫਰੂਟ ਹੈ, ਆਪਾਂ ਹੁਣ ਉਹ ਦੇਖਣਾ ਵੀ ਲੋ ਹੈਂਗਿੰਗ ਫਰੂਟ ਕੀ ਹੈ।
ਯੂਰਪ ਦੀਆਂ ਐਗਜੀਬਿਸ਼ਨ 'ਚ ਜਾਣ ਲਈ ਮੈਂ ਬਿਲਕੁਲ ਅਸੈਪਟ ਕਰ ਰਿਹਾ ਬਈ ਸਾਡੀ ਜਿਹੜੀ ਲੈਵਲ ਹੈ ਇੰਪਰੂਵਮੈਂਟ ਦੀ ਲੋੜ ਹੈ ਔਰ ਤੁਸੀਂ ਜੇ ਐਤਕੀ ਦੇਖੋਗੇ ਔਰ ਇੰਡਸਟਰੀ ਕਾਫੀ ਸੁਧਾਰ ਹੋਇਆ ਇੰਡਸਟਰੀ 'ਚ ਔਰ ਆਉਣ ਵਾਲੇ ਦਿਨਾਂ 'ਚ ਹਰ ਇੰਡਸਟਰੀ ਆਪਣੇ ਲੈਵਲ 'ਤੇ ਕੋਸ਼ਿਸ਼ ਕਰ ਰਹੀ ਹੈ। ਮੈਂ ਆਪਾਂ ਨੂੰ ਦੇਖੋ ਰਿਐਲਿਟੀ ਸਮਝਣੀ ਚਾਹੀਦੀ, ਆਪਾਂ ਗੱਲ ਮਸ਼ੀਨ ਟੂਲ ਇੰਡਸਟਰੀ ਦੀ ਕਰ ਰਹੇ ਹਾਂ। ਜੇ ਤੁਸੀਂ ਆਟੋ ਇੰਡਸਟਰੀ ਦੀ ਐਗਜੀਬਿਸ਼ਨ ਹੈ ਅਸੀਂ ਉੱਥੇ ਜਾ ਕੇ ਲਾਈ ਦੀ ਹੈ ਜਾਂ ਦਿੱਲੀ ਜਾ ਕੇ ਲਾਈ ਦੀ ਹੈ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਬਈ ਇਹ ਸਾਰਿਆਂ ਨੂੰ ਮਿਲ ਕੇ ਜਿਹੜੀ ਟੈਕਨੋਲੋਜੀ ਅਪਗ੍ਰੇਡੇਸ਼ਨ ਬਹੁਤ ਲੋੜ ਹੈ ਇੰਡਸਟਰੀ ਦੀ ਔਰ ਸਾਡੀ ਟੈਕਨੋਲੋਜੀ ਅਪ ਟੂ ਮਾਰਕ ਨਹੀਂ ਹੈਗੀ ਅੱਜ ਵੀ, ਅਪ ਸਾਨੂੰ ਸੁਧਾਰ ਦੀ ਲੋੜ ਹੈ ਔਰ ਇਹ ਇੱਦਾਂ ਦੀਆਂ ਜਿਹੜੀਆਂ ਐਗਜੀਬਿਸ਼ਨ ਹੈ ਇਹਦੇ ਲਈ ਬੜੀਆਂ ਸਪੋਰਟਿਵ ਹੁੰਦੀਆਂ। ਇਹਦੇ 'ਚ ਪੰਜਾਬ 'ਚ ਕਿੰਨੀਆਂ, ਪੰਜਾਬ 'ਚੋਂ 450 ਕੰਪਨੀਆਂ, ਲੁਧਿਆਣੇ ਤੋਂ 200 ਕੰਪਨੀਆਂ ਔਰ 50 ਕੰਪਨੀਆਂ ਅਸੀਂ ਬਹੁਤ ਧੰਨਵਾਦੀ ਹਾਂ ਮਸ਼ੀਨ ਟੂਲ ਇੰਡਸਟਰੀ ਦੇ ਜਿਹੜੇ ਹਮੇਸ਼ਾ ਸਹਿਯੋਗ ਕਰਦੇ ਆ। 50 ਇੰਡਸਟਰੀ ਜਿਹੜੀ ਹੈ ਸਿਰਫ ਇਹਨਾਂ ਦੇ 50 ਮੈਂਬਰ ਯਾਰ, ਉਹ ਆਪਾਂ ਨਾ ਸਾਈਡ 'ਤੇ ਕਰ ਲੈਂਦੇ ਹਾਂ, ਪਹਿਲਾਂ ਮੈਂ ਕਾਟੋ ਮੰਗਾ ਲਈ, ਮਿਕਸ ਹੋ ਜਾਏਗਾ ਸਰ। ਦੇਖੋ ਤੁਸੀਂ ਇਹ ਐਗਜੀਬਿਸ਼ਨ ਦੀ ਸਟਰੈਂਥ ਹੈ ਬਈ ਇਨਸਪਾਈਟ ਆਫ ਸੋ ਮੈਨੀ ਔਡ, ਇਹ ਐਗਜੀਬਿਸ਼ਨ 'ਚ ਪਹਿਲਾਂ ਤੋਂ ਜ਼ਿਆਦਾ ਤੁਸੀਂ ਵਿਜ਼ਿਟਰ ਦੇਖਣ ਨੂੰ ਮਿਲਣਗੇ ਔਰ ਬਾਰਡਰ ਸੀਲ ਹੈ, ਇੱਕ ਬੜੀ ਵੱਡੀ ਦਿੱਕਤ ਹੈ ਇੰਡਸਟਰੀ ਨੂੰ, ਪਰ ਜਿਹੜੇ ਕੁਛ ਰੂਟ ਖੁੱਲ੍ਹੇ ਆ ਉੱਥੋਂ ਮਸ਼ੀਨਰੀ ਸਾਡੀ ਆ ਗਈ, ਸਾਰੀ ਮਸ਼ੀਨਰੀ ਆ ਚੁੱਕੀ ਔਰ ਵਿਜ਼ਿਟਰ ਵੀ ਆ। ਨਹੀਂ ਅਸੀਂ ਸਹਿਮਤ ਨਹੀਂ ਹੈਗੇ, ਅਸੀਂ ਸਹਿਮਤ ਨਹੀਂ ਹੈਗੇ। ਪੰਜਾਬ ਅੱਜ ਵੀ ਇੱਕ ਚੰਗੀ ਜਗ੍ਹਾ ਇਨਵੈਸਟ ਕਰਨ ਨੂੰ, ਹਰ ਸਟੇਟ ਦੀ ਆਪਣੇ ਪਲੱਸ ਪੁਆਇੰਟ ਹੈ ਮਾਈਨਸ ਪੁਆਇੰਟ ਹੈ ਔਰ ਜੇ ਅਸੀਂ ਕਹੀਏ ਜੀ ਵੀ ਇੱਕ ਸਟੇਟ ਦੇ ਵਿੱਚ ਇਨਵੈਸਟਮੈਂਟ ਆ ਗਈ ਤਾਂ ਉਹ ਲੌਂਗ ਟਰਮ ਬਹੁਤ ਵਧੀਆ ਰਹੇਗੀ। ਕਈ ਸਟੇਟਸ ਨੇ ਗਰੋ ਕੀਤਾ ਬਾਅਦ 'ਚ ਉੱਥੇ ਇੰਡਸਟਰੀ ਜਾ ਕੇ ਪਰੇਸ਼ਾਨ ਹੋਈ ਹੈ, ਜਿਵੇਂ ਜਿਹਨਾਂ ਨੂੰ ਸਬਸਿਡੀਜ਼ ਮਿਲੀਆਂ ਸੀ 10-10 ਸਾਲ ਦੀਆਂ ਉਹ ਸਾਰੇ ਉੱਥੇ ਲੋਕ ਵਾਪਸ ਆ ਗਏ। ਦੇਖੋ ਇਹ ਫਾਰਮਰ ਦੀਆਂ ਆਪਣੀਆਂ ਇਸ਼ੂਜ਼ ਹੈਗੇ ਆ ਔਰ ਹਮੇਸ਼ਾ ਜਿਹੜੀ ਇੰਡਸਟਰੀ ਹੈ ਇਹਦੇ ਲਈ ਸਫਰਰ ਹੁੰਦੀ ਹੈ ਔਰ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹਨੂੰ ਜਲਦੀ ਤੋਂ ਜਲਦੀ ਰਿਜ਼ੋਲਵ ਕਰੇ। ਸਰ ਕੋਈ ਫਿਕਰਾਂ ਤਾਂ ਤੁਸੀਂ ਕੁਛ ਵੀ ਕਹਿ ਲਓ, 2000 ਕਰੋੜ ਦਾ ਨੁਕਸਾਨ ਹੋ ਗਿਆ। ਦੇਖੋ ਜਿਹੜੀ ਇਨਵੈਸਟਮੈਂਟ ਹੁੰਦੀ ਨਾ ਇਹ ਈਅਰ ਔਨ ਈਅਰ ਨਹੀਂ ਦੇਖੀ ਜਾਂਦੀ, ਇਹ 5 ਸਾਲ ਲਈ ਦੇਖੀ ਜਾਂਦੀ ਹੈ। ਮੇ ਬੀ ਇਸ ਸਾਲ ਡਾਊਨ ਆਈ ਹੈ, ਅਗਲੇ ਸਾਲ ਵੱਧ ਜਾਏਗੀ ਕਿਉਂਕਿ ਦੀਜ਼ ਆਰ ਨੋਟ ਪੀਨਟਸ ਵੀ ਸ਼ਾਮੀ ਆਪਾਂ ਰੇਹੜੀ ਤੋਂ ਜਿਹਨੇ ਇਨਵੈਸਟ ਕਰਨਾ। ਹੁਣ ਟਾਟਾ ਨੇ ਇਨਵੈਸਟ ਕੀਤਾ, ਇਸ ਤੋਂ ਇਲਾਵਾ ਹੋਰ ਕਈ ਗ੍ਰਾਸਿਮ ਨੇ ਇਨਵੈਸਟ ਕੀਤਾ, ਕੰਪਨੀਆਂ ਆ ਵੀ ਰਹੀਆਂ। ਬਾਕੀ ਬਿਜ਼ਨਸਮੈਨ ਨੇ ਉੱਥੇ ਜਾਣਾ ਜਿੱਥੇ ਉਹਨੂੰ ਪ੍ਰੋਫਿਟ ਜ਼ਿਆਦਾ ਹੈ। ਮੈਂ ਕਾਟੋ ਐਕਸਪੋ ਦਾ ਇਹ 13ਵਾਂ ਐਡੀਸ਼ਨ ਹੈ, 23, 24, 25, 26 ਚਾਰ ਦਿਨ ਦੀ ਐਗਜੀਬਿਸ਼ਨ ਹੈ। ਲੁਧਿਆਣਾ ਐਗਜੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣੇ ਲੱਗਣ ਜਾ ਰਹੀ ਹੈ। ਇਹਦੇ 'ਚ 650 ਕੰਪਨੀਆਂ ਪੈਨ ਇੰਡੀਆ ਪਲੱਸ 12 ਕੰਟਰੀਜ਼ ਤੋਂ ਪਾਰਟੀਸਪੇਟ ਕਰ ਰਹੀਆਂ। ਤੁਸੀਂ ਕਿਸੇ ਵੀ ਮਸ਼ੀਨ ਟੂਲ ਦੇ ਜਿਹੜੇ ਲੀਡਰਸ ਨੇ ਕਿਸੇ ਦਾ ਵੀ ਤੁਸੀਂ ਨਾਂ ਲਓਗੇ, ਸਾਰੇ ਇੱਥੇ ਪਾਰਟੀਸਪੇਟ ਕਰ ਰਹੇ ਨੇ। ਅਤੇ ਮੈਂ ਪੂਰੇ ਇੰਡੀਆ ਨੂੰ ਕਹੂੰਗਾ ਕਿ ਇਹਦਾ ਵੱਧ ਤੋਂ ਵੱਧ ਆ ਕੇ ਫਾਇਦਾ ਚੱਕਿਆ ਜਾਵੇ ਤਾਂ ਕਿ ਅਸੀਂ ਜਿਹੜੇ ਇੱਥੇ ਜਿਹੜੀ ਨਵੀਂ ਟੈਕਨੋਲੋਜੀ ਹੈ ਮਸ਼ੀਨ ਟੂਲ ਦੇ ਉੱਪਰ, ਆਟੋਮੇਸ਼ਨ, ਰੋਬੋਟਿਕਸ, ਹਰ ਤਰ੍ਹਾਂ ਦੀ ਟੈਕਨੋਲੋਜੀ ਇੱਥੇ ਅਵੇਲੇਬਲ ਹੈ ਤਾਂ ਮੈਕਸੀਮਮ ਇਹਦਾ ਫਾਇਦਾ ਲੈਣ। 23-26 ਫਰਵਰੀ ਲੁਧਿਆਣਾ ਐਗਜੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ। ਸਰ ਪ੍ਰਬੰਧ ਕਿੱਦਾਂ ਦੇ ਨੇ, ਟ੍ਰੈਫਿਕ ਦੇ ਪ੍ਰਬੰਧ ਕਿੱਦਾਂ ਦੇ ਨੇ, ਕਿੰਨੇ ਪਾਰਕਿੰਗ ਦੇ ਵਗੈਰਾ ਦਾ ਕਿਵੇਂ ਦੇ ਪ੍ਰਬੰਧ ਹੈ?
ਇਸ ਤਰ੍ਹਾਂ ਇਹ ਜਿਹੜਾ ਸੈਂਟਰ ਹੈਗਾ 14 acres ਸੈਂਟਰ ਹੈ ਔਰ ਸਾਡੇ ਕੋਲ 13 acres ਜਿਹੜੀ ਆ ਪਾਰਕਿੰਗ ਹੈ, ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ। ਇਸ ਵਾਰੀ ਅਸੀਂ ਪਾਰਕਿੰਗ ਦੀ ਫੈਸਿਲਿਟੀਜ਼ ਹੋਰ ਵਧਾਈਆਂ ਤਾਂ ਸਾਡੇ ਕੋਲ ਤਕਰੀਬਨ 50,000 ਅਸੀਂ ਵਿਜ਼ਟਰ ਐਕਸਪੈਕਟ ਕਰ ਰਹੇ ਹਾਂ ਕਿ ਇਸ ਵਾਰੀ ਆਉਣਗੇ ਔਰ ਬਹੁਤ ਅੱਛਾ ਬਿਜ਼ਨਸ ਹੋਣ ਜਾਣ ਵਾਲਾ। ਸਰ ਲੱਗਦਾ ਵੀ ਜਿਹੜਾ ਸਾਨੇ ਸ਼ਹਿਰ ਤੋਂ ਇੱਕ ਬਾਹਰ ਜਾਨੀਵਾਲ ਦੀ ਜਗ੍ਹਾ ਦੇ ਲਈ ਹੈ ਵੀ ਕੋਈ ਸਾਡੇ ਲੋਕ ਪਹੁੰਚ ਸਕਦੇ ਆ? ਸਾਡੇ ਕੋਲ ਜਿਹੜਾ ਵਿਜ਼ਟਰ ਹੁੰਦਾ ਇਹ ਪੈਨ ਇੰਡੀਆ ਤੋਂ ਹੁੰਦਾ ਜਾਂ ਇੰਟਰਨੈਸ਼ਨਲ ਵੀ ਹੁੰਦੇ, ਤਾਂ ਉਹ ਇਕੱਲਾ ਲੁਧਿਆਣੇ ਦਾ ਵਿਜ਼ਟਰ ਨਹੀਂ ਹੁੰਦਾ ਇਹਦੇ 'ਚ, ਇਹਦੇ 'ਚ ਪੂਰੇ ਪੈਨ ਇੰਡੀਆ ਤੋਂ ਵਿਜ਼ਟਰ ਆ ਰਹੇ ਔਰ ਬਿਜ਼ਨਸ ਕਰਨ ਲਈ ਖੁੱਲ੍ਹੀ ਜਗ੍ਹਾ ਚਾਹੀਦੀ ਹੁੰਦੀ ਹੈ, ਇੱਕ ਪ੍ਰੋਪਰ ਸੈਂਟਰ ਚਾਹੀਦਾ ਹੁੰਦਾ, ਪ੍ਰੋਪਰ ਜਗ੍ਹਾ ਚਾਹੀਦੀ ਹੁੰਦੀ ਹੈ, ਉਹ ਆਲਰੇਡੀ ਕ੍ਰੀਏਟ ਕੀਤੀ ਹੋਈ। ਸਰ ਲੋਕ ਲੁਧਿਆਣਾ ਵਾਸੀ ਜਿੱਦਾਂ ਪੰਜਾਬ ਵਾਸੀ ਨਵਾਂ ਕੀ ਦੇਖ ਸਕਦੇ, ਇਸ ਵਾਰ ਨਵਾਂ ਕੀ ਲੈ ਕੇ ਆ ਰਹੇ ਹੋ ਇੰਡਸਟਰੀ ਲਈ? ਇੰਡਸਟਰੀ ਬਹੁਤ ਫਾਸਟ ਚੇਂਜਿੰਗ ਹੈ ਅੱਜ ਕੱਲ੍ਹ, ਜਿਸ ਤਰ੍ਹਾਂ ਕਾਰ ਜੀ ਨੇ ਕਿਹਾ ਕਿ ਅਸੀਂ ਕ੍ਰੋਸ ਰੋਡ 'ਤੇ ਖੜ੍ਹੇ, ਸਾਨੂੰ ਕੁਆਲਿਟੀ ਚਾਹੀਦੀ ਹੈ, ਅਗਰ ਅਸੀਂ ਵਰਲਡ ਵਾਈਡ ਕੰਪੀਟ ਕਰਨਾ ਤਾਂ ਸਾਨੂੰ ਕੁਆਲਿਟੀ ਦੇ ਪ੍ਰੋਡਕਟ ਚਾਹੀਦੇ ਹੈ, ਉਹਨਾਂ ਉਸ ਕੁਆਲਿਟੀ ਬਣਾਉਣ ਲਈ ਸਾਨੂੰ ਜੋ ਮਸ਼ੀਨਰੀ ਚਾਹੀਦੀ ਹੈ ਉਹ ਹਰ ਤਰ੍ਹਾਂ ਦੀ ਮਸ਼ੀਨਰੀ ਇੱਥੇ ਅਵੇਲੇਬਲ ਹੈ। ਤਕਰੀਬਨ 1,000 ਦੇ ਕਰੀਬ ਮਸ਼ੀਨਸ ਜਿਹੜੀਆਂ ਲਾਈਵ ਡਿਸਪਲੇ 'ਤੇ ਨੇ, 10,000 ਤੋਂ 15,000 ਪ੍ਰੋਡਕਟਸ ਐਂਡ ਸਰਵਿਸਿਜ਼ ਨੇ, ਬਲਕਿ ਮੈਂ ਕਹੂੰਗਾ ਕਿ ਇੱਥੇ ਅਗਰ ਪੂਰਾ ਡਿਟੇਲ ਦੱਸਾਂਗੇ ਤਾਂ 10 ਹੀ ਨਹੀਂ ਪਾਊਂਗਾ, ਪੂਰੀ ਦਿਹਾੜੀ ਲੱਗ ਜਾਣੀ ਹੈ। ਤਾਂ ਹਰ ਚੀਜ਼ ਜੋ ਇਸ ਵੇਲੇ ਇੰਡਸਟਰੀ ਨੂੰ ਚਾਹੀਦੀ ਹੈ ਕੁਆਲਿਟੀ ਅਪਗ੍ਰੇਡ ਕਰਨ ਲਈ, ਲੋਅ ਕੋਸਟ ਲਈ, ਹਰ ਕੁਝ ਇੱਥੇ ਅਵੇਲੇਬਲ। ਠੀਕ ਹੈ।